ਐਪਲੀਕੇਸ਼ਨ ਸੀ ਸਾਡੀ, ਉਹ ਅੱਜ ਆਨਰੇਬਲ ਕੋਰਟ ਨੇ ਡਿਸਮਿਸ ਕੀਤੀ ਹੈ ਜੀ, ਐਂਡ ਵੀ ਆਰ ਮੂਵਿੰਗ ਟੂ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਅਤੇ ਨੈਕਸਟ ਡੇਟ 28/3 ਅਸਲ ਵਿੱਚ। ਐਪਲੀਕੇਸ਼ਨ ਡਿਸਮਿਸ ਕੀਤੀ ਹੈ ਜੀ ਸਾਡੀ, ਉਹਨਾਂ ਨੇ ਐਪਲੀਕੇਸ਼ਨ ਡਿਸਮਿਸ ਕੀਤੀ ਹੈ, ਅਤੇ ਉਹਦੇ ਅਗੇਂਸਟ ਅਸੀਂ ਹੁਣ ਹਾਈ ਕੋਰਟ ਅਪਰੋਚ ਕਰਾਂਗੇ, ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਉੱਥੇ ਅਸੀਂ ਅਪਰੋਚ ਕਰਾਂਗੇ।